ਇਮਰਾਨ ਖਾਨ ਨਹੀਂ ਬਾਹਰ ਜਾਣਾ ਤੂੰ ਉਹ ਤੈਨੂੰ ਅੱਗੇ ਵੀ ਮੈਂ ਕਿੰਨੀ ਵਾਰ ਸਮਝਾਇਆ ਹੈ ਕਿ ਇਹ ਵੀਡੀਓ ਬਿਆਨ ਜਾਰੀ ਕਰਨਾ ਬੰਦ ਕਰ ਦੇ ਕੀ ਤੂੰ ਰੋਜ਼ ਦੀ ਵਾਲੀ ਚੀਫ ਜਸਟਿਸ ਨੂੰ ਪੈਗਾਮ ਭੇਜਣਾ ਹੈ ਕਿ ਇਨਸਾਫ ਕਰੋ ਉਹ ਭਾਈ ਮੇਰੇ ਅਗਰ ਚੀਫ ਜਸਟਿਸ ਨੇ ਇਨਸਾਫ ਕਰਨਾ ਹੁੰਦਾ ਕੋਈ ਫੈਸਲਾ ਕਰਨਾ ਹੁੰਦਾ ਨਾ ਤੇ ਹੁਣ ਤੱਕ ਉਹ ਕਰ ਚੁੱਕੇ ਹੋਣਾ ਸੀ ਹੁਣ ਤੂੰ ਐਡਮਿਟ ਕਰ ਲੈ ਕਿ ਤੂੰ ਕੱਲਾ ਰਹਿ ਗਿਆ ਹੈ ਤੇਰੀ ਪਾਰਟੀ ਦੇ ਸਾਰੇ ਬੰਦੇ ਨੂੰ ਛੱਡ ਕੇ ਸਾਡੇ ਹੋ ਗਏ ਨੇ ਹੁਣ ਉਹਨਾਂ ਦੇ ਬਿਆਨਾਂ ਦੇ ਚੇਂਜ ਹੋ ਗਏ ਨੇ ਨਾ ਰੀ ਚੇਂਜ ਹੋ ਗਏ ਨੇ ਉਹ ਜਦ ਉਹ ਚੇਂਜ ਹੋ ਗਏ ਨੇ ਯਾਰ ਤੂੰ ਵੀ ਚੇਂਜ ਹੋ ਜਾ ਤੇ ਖੁਦਾ ਦੇ ਫੈਸਲੇ ਇੰਤਜ਼ਾਰ ਕਰ ਜਿਹੜੀ ਬਾਕੀ ਜ਼ਿੰਦਗੀ ਹੈ ਨਾ ਉਹ ਗੁਮਨਾਮੀ ਦੀ ਬਸਰ ਕਰ ਤੇ ਬਾਰ-ਬਾਰ ਚੀਫ ਜਸਟਿਸ ਨੂੰ ਤਕਲੀਫ ਨਾ ਦੇ ਕਿਸੇ ਸਾਡੇ ਹੋ ਜਾ ਤੇ ਵੇਖ ਐਸਪੀ ਡੀਐਮ ਨਾ ਹੁੰਦਾ ਕੀ ਹੈ ਮੈਨੂੰ ਆਪਣੇ ਰੱਬ ਦੇ ਘਰ ਪੂਰਾ ਭਰੋਸਾ ਹੈ ਕਿ ਜਿਨੇ ਜਿਨੇ ਤੇਰੇ ਤੇ ਜ਼ੁਲਮ ਜ਼ਿਆਤੀ ਕੀਤੀ ਹੈ ਨਾ ਉਹ ਬਚਦਾ ਨਹੀਂ ਸੋ ਸਬਰ ਤੇ ਖਮੋਸ਼ੀ